ਲੁਧਿਆਣਾ ਸ਼ਹਿਰ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਜਾਂਦੀ ਹੈ ਜਿਸ ਵੇਲੇ ਇੱਕ 95 ਸਾਲਾ ਬਜ਼ੁਰਗ ਮਹਿਲਾ ਜਿਹੜੀ ਹੈ ਮਰ ਕੇ ਜਿੰਦੀ ਹੋ ਜਾਂਦੀ ਹੈ। ਦਰਅਸਲ ਲੁਧਿਆਣਾ ਦੇ ਇੱਕ ਵੱਡੇ ਵਪਾਰੀ ਦੀ ਮਾਤਾ ਜਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸੀਗੇ ਅਤੇ ਉਹਨਾਂ ਨੂੰ ਇੱਕ ਨਿੱਜੀ ਹੋਸਪਿਟਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਤਾਂ ਉੱਥੇ ਉਹਨਾਂ ਦਾ ਇਲਾਜ ਦੇ ਦੌਰਾਨ ਉਹਨਾਂ ਦਾ ਹੋਸਪਿਟਲ ਪੱਖੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਅਤੇ ਪਰਿਵਾਰਜਨਕ ਉਹਨਾਂ ਦੀ ਦੇਹ ਲੈ ਕੇ ਘਰ ਪਹੁੰਚਦੇ ਨੇ ਅਤੇ ਉਹਨਾਂ ਦੀ ਅੰਤਿਮ ਸੰਸਕਾਰ ਦੀ ਜਿਹੜੀ ਕਿਰਿਆਵਾਂ ਹੁੰਦੀਆਂ ਨੇ ਉਹ ਸ਼ੁਰੂ ਕਰ ਦਿੱਤੇ ਜਾਂਦੇ ਨੇ ਅਤੇ ਉਸੇ ਦੌਰਾਨ ਇੱਕ ਡਾਕਟਰ ਪੱਖੋਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਦੱਸਿਆ ਜਾਂਦਾ ਹੈ ਕਿ ਉਹ ਜਿੰਦੇ ਨੇ, ਉਹਨਾਂ ਦੇ ਸਾਹ ਚੱਲ ਰਹੇ ਨੇ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਆਨੰਦ ਫਾਨਣ ਦੇ ਵਿੱਚ ਲੁਧਿਆਣਾ ਦੇ ਦੂਸਰੇ ਨਿੱਜੀ ਹੋਸਪਿਟਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ। ਮੈਂ ਇਸ ਲਈ ਸਭ ਤੋਂ ਪਹਿਲਾਂ ਉਹੀ ਤਸਵੀਰਾਂ ਦਿਖਾਉਣਾ ਚਾਹੂੰਗਾ ਕਿ ਇਸ ਹੋਸਪਿਟਲ ਦੇ ਵਿੱਚ ਇਹ ਉਹੀ ਨਿੱਜੀ ਹੋਸਪਿਟਲ ਹੈ ਜਿਸ ਦੇ ਵਿੱਚ ਇਸ ਵੇਲੇ 95 ਸਾਲਾ ਬਜ਼ੁਰਗ ਜਿਹੜੇ ਮਰ ਕੇ ਜਿੰਦੇ ਹੋਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹ ਇਸ ਵੇਲੇ ਜ਼ਿੰਦੇ ਨੇ ਔਰ ਉਹ ਸਾਹ ਲੈ ਰਹੇ ਨੇ। ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਪਰਿਵਾਰਜਨਾਂ ਨਾਲ ਅਸੀਂ ਗੱਲ ਕਰਨ ਦੀ ਜੋ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਅੱਗੇ ਆਉਣ ਤੋਂ ਸਾਫ਼ ਮਨਾ ਕਰ ਦਿੱਤਾ। ਔਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਤਾਂ ਸਵਾਲ ਨਿੱਜੀ ਹੋਸਪਿਟਲ ਦੇ ਉੱਤੇ ਜਿਸਨੇ ਇਹਨਾਂ ਨੂੰ ਮ੍ਰਿਤਕ ਜਿਹੜਾ ਵੈ ਉਹ ਘੋਸ਼ਿਤ ਕਰ ਦਿੱਤਾ ਗਿਆ ਸੀ ਔਰ ਉਹਨਾਂ ਉੱਤੇ ਜਿਹੜੀ ਬਣਦੀ ਕਾਰਵਾਈ ਕੀ ਕੌਣ ਕਰੇਗਾ, ਇਹ ਇੱਕ ਵੱਡਾ ਸਵਾਲ ਹੈ। ਪਰ ਇਸ ਨੂੰ ਇੱਕ ਪਾਸੇ ਅਸੀਂ ਕੁਦਰਤ ਦਾ ਕ੍ਰਿਸ਼ਮਾ ਵੀ ਕਹਿ ਸਕਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ, ਇਹ ਮੁਹਾਵਰਾ ਕਿਤੇ ਨਾ ਕਿਤੇ ਇਹਨਾਂ ਉੱਤੇ ਸਾਫ਼ ਤੌਰ 'ਤੇ ਬੈਠਦਾ ਵੈ ਕਿਉਂਕਿ ਜੇ ਅਗਰ ਸਾਹ ਹੈਗੇ ਨੇ ਤਾਂ ਉਹ ਇਨਸਾਨ ਵੀ ਜਿੰਦਾ ਹੈ। ਤਾਂ ਇਸ ਨੂੰ ਇਸ ਬਜ਼ੁਰਗ ਮਹਿਲਾ ਨੇ ਕਿਤੇ ਨਾ ਕਿਤੇ ਪ੍ਰੂਫ ਕਰ ਦਿੱਤਾ ਵੈ ਕਿਉਂਕਿ ਬੇਸ਼ੱਕ ਨਿੱਜੀ ਹੋਸਪਿਟਲ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਪਰ ਉਸ ਦੇ ਬਾਵਜੂਦ ਉਹਨਾਂ ਦੇ ਸਾਹ ਚੱਲ ਰਹੇ ਸੀ ਅਤੇ ਉਹਨਾਂ ਨੂੰ ਹੁਣ ਦੂਜੇ ਹੋਸਪਿਟਲ ਦੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਅਤੇ ਉਹ ਜਿੰਦੇ ਨੇ। ਲੁਧਿਆਣਾ ਸ਼ਹਿਰ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਜਾਂਦੀ ਹੈ ਜਿਸ ਵੇਲੇ ਇੱਕ 95 ਸਾਲਾ ਬਜ਼ੁਰਗ ਮਹਿਲਾ ਜਿਹੜੀ ਹੈ ਮਰ ਕੇ ਜਿੰਦੀ ਹੋ ਜਾਂਦੀ ਹੈ। ਦਰਅਸਲ ਲੁਧਿਆਣਾ ਦੇ ਇੱਕ ਵੱਡੇ ਵਪਾਰੀ ਦੀ ਮਾਤਾ ਜਿਸ ਨੂੰ ਪਿਛਲੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸੀਗੇ ਅਤੇ ਉਹਨਾਂ ਨੂੰ ਇੱਕ ਨਿੱਜੀ ਹੋਸਪਿਟਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਤਾਂ ਉੱਥੇ ਉਹਨਾਂ ਦਾ ਇਲਾਜ ਦੇ ਦੌਰਾਨ ਉਹਨਾਂ ਦਾ ਹੋਸਪਿਟਲ ਪੱਖੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਅਤੇ ਪਰਿਵਾਰਜਨਕ ਉਹਨਾਂ ਦੀ ਦੇਹ ਲੈ ਕੇ ਘਰ ਪਹੁੰਚਦੇ ਨੇ ਅਤੇ ਉਹਨਾਂ ਦੀ ਅੰਤਿਮ ਸੰਸਕਾਰ ਦੀ ਜਿਹੜੀ ਕਿਰਿਆਵਾਂ ਹੁੰਦੀਆਂ ਨੇ ਉਹ ਸ਼ੁਰੂ ਕਰ ਦਿੱਤੇ ਜਾਂਦੇ ਨੇ ਅਤੇ ਉਸੇ ਦੌਰਾਨ ਇੱਕ ਡਾਕਟਰ ਪੱਖੋਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਦੱਸਿਆ ਜਾਂਦਾ ਹੈ ਕਿ ਉਹ ਜਿੰਦੇ ਨੇ, ਉਹਨਾਂ ਦੇ ਸਾਹ ਚੱਲ ਰਹੇ ਨੇ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਆਨੰਦ ਫਾਨਣ ਦੇ ਵਿੱਚ ਲੁਧਿਆਣਾ ਦੇ ਦੂਸਰੇ ਨਿੱਜੀ ਹੋਸਪਿਟਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ। ਮੈਂ ਇਸ ਲਈ ਸਭ ਤੋਂ ਪਹਿਲਾਂ ਉਹੀ ਤਸਵੀਰਾਂ ਦਿਖਾਉਣਾ ਚਾਹੂੰਗਾ ਕਿ ਇਸ ਹੋਸਪਿਟਲ ਦੇ ਵਿੱਚ ਇਹ ਉਹੀ ਨਿੱਜੀ ਹੋਸਪਿਟਲ ਹੈ ਜਿਸ ਦੇ ਵਿੱਚ ਇਸ ਵੇਲੇ 95 ਸਾਲਾ ਬਜ਼ੁਰਗ ਜਿਹੜੇ ਮਰ ਕੇ ਜਿੰਦੇ ਹੋਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹ ਇਸ ਵੇਲੇ ਜ਼ਿੰਦੇ ਨੇ ਔਰ ਉਹ ਸਾਹ ਲੈ ਰਹੇ ਨੇ। ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਪਰਿਵਾਰਜਨਾਂ ਨਾਲ ਅਸੀਂ ਗੱਲ ਕਰਨ ਦੀ ਜੋ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਅੱਗੇ ਆਉਣ ਤੋਂ ਸਾਫ਼ ਮਨਾ ਕਰ ਦਿੱਤਾ। ਔਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਤਾਂ ਸਵਾਲ ਨਿੱਜੀ ਹੋਸਪਿਟਲ ਦੇ ਉੱਤੇ ਜਿਸਨੇ ਇਹਨਾਂ ਨੂੰ ਮ੍ਰਿਤਕ ਜਿਹੜਾ ਵੈ ਉਹ ਘੋਸ਼ਿਤ ਕਰ ਦਿੱਤਾ ਗਿਆ ਸੀ ਔਰ ਉਹਨਾਂ ਉੱਤੇ ਜਿਹੜੀ ਬਣਦੀ ਕਾਰਵਾਈ ਕੀ ਕੌਣ ਕਰੇਗਾ, ਇਹ ਇੱਕ ਵੱਡਾ ਸਵਾਲ ਹੈ। ਪਰ ਇਸ ਨੂੰ ਇੱਕ ਪਾਸੇ ਅਸੀਂ ਕੁਦਰਤ ਦਾ ਕ੍ਰਿਸ਼ਮਾ ਵੀ ਕਹਿ ਸਕਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ, ਇਹ ਮੁਹਾਵਰਾ ਕਿਤੇ ਨਾ ਕਿਤੇ ਇਹਨਾਂ ਉੱਤੇ ਸਾਫ਼ ਤੌਰ 'ਤੇ ਬੈਠਦਾ ਵੈ ਕਿਉਂਕਿ ਜੇ ਅਗਰ ਸਾਹ ਹੈਗੇ ਨੇ ਤਾਂ ਉਹ ਇਨਸਾਨ ਵੀ ਜਿੰਦਾ ਹੈ। ਤਾਂ ਇਸ ਨੂੰ ਇਸ ਬਜ਼ੁਰਗ ਮਹਿਲਾ ਨੇ ਕਿਤੇ ਨਾ ਕਿਤੇ ਪ੍ਰੂਫ ਕਰ ਦਿੱਤਾ ਵੈ ਕਿਉਂਕਿ ਬੇਸ਼ੱਕ ਨਿੱਜੀ ਹੋਸਪਿਟਲ ਵੱਲੋਂ ਉਹਨਾਂ ਨੂੰ
ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ, ਪਰ ਉਸ ਦੇ ਬਾਵਜੂਦ ਉਹਨਾਂ ਦੇ ਸਾਹ ਚੱਲ ਰਹੇ ਸੀ ਤੇ ਉਹਨਾਂ ਨੂੰ ਹੁਣ ਦੂਜੇ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਉਹ ਜਿੰਦੇ ਨੇ।